ਹਾਂਜੀ ਅੱਜ ਆਪਣੇ ਨਾਲ ਨੇ ਜੀ ਮਸ਼ਹੂਰ ਫਿਲਮਾਂ ਦੇ ਤੇ ਮਸ਼ਹੂਰ ਕਮੇਡੀਅਨ ਬਾਈ ਭਾਨਾ ਪਕੌੜਾ ਜੀ। ਠੀਕ ਹੈ, ਤੁਸੀਂ ਸਾਰੇ ਇਹਨਾਂ ਨੂੰ ਬਹੁਤ ਜ਼ਿਆਦਾ ਦੇਖਦੇ ਹੋ ਨਾ, ਅਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ, ਪਰ ਇੱਕ ਰਾਜ ਦੀ ਗੱਲ ਆ ਜਿਹਨਾਂ ਤੋਂ ਪੁੱਛਾਂਗੇ, ਦੱਸਣਗੇ ਜਾਂ ਨਾ ਉਹ ਚਲੋ ਬਾਅਦ ਦੀ ਗੱਲ ਹੈ, ਪਰ ਇਹਨਾਂ ਤੋਂ ਪੁੱਛਾਂਗੇ ਜ਼ਰੂਰ। ਬਈ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਨੇ ਹਨਾ, ਜਿਵੇਂ ਤੁਸੀਂ ਸਿੱਧੂ ਬਾਈ ਨਾਲ ਵੀ ਫਿਲਮਾਂ 'ਚ ਕੰਮ ਕਰਿਆ ਕਾਫੀ ਹਨਾ, ਤੁਹਾਡੀ ਸ਼ੁਰੂਆਤ ਕਿਹੜੇ ਸੰਨ 'ਚ ਹੋਈ ਸੀ? ਇਹ ਚੀਜ਼ਾਂ ਤਾਂ ਨਹੀਂ ਕਾਫੀ ਲੋਕਾਂ ਨੂੰ ਪਤਾ ਹੋਣਾ। ਮੈਂ ਬਹੁਤ ਮਿਹਨਤ ਕਰੀ ਆ ਬਹੁਤ ਜ਼ਿਆਦਾ। ਹਾਂਜੀ, ਤੇ ਮੈਂ 2004 ਦੇ ਵਿੱਚ ਸ਼ੁਰੂ ਕਰਿਆ ਸੀ। 2004 'ਚ ਸ਼ੁਰੂ ਕੀਤਾ ਸੀ, 20 ਸਾਲ ਹੋ ਗਏ। ਅੱਜ ਤੋਂ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਭਾਨਾ ਪਕੌੜਾ ਪਤਾ ਨਹੀਂ ਇਹੀ ਫਿਲਮਾਂ 'ਚ ਆ ਗਿਆ ਹਨਾ, ਜਾਂ ਮੇਰੇ ਵਰਗੇ, ਚਲੋ ਮੇਰੇ ਵਰਗੀ ਕਹਿ ਦਿੰਦੇ ਨੇ ਵੀ ਭਾਨਾ ਦਾ ਯਾਰ ਫੀਲਿੰਗ ਜੀ ਚੱਕਦਾ ਵੀ। 2004 'ਚ ਤੁਸੀਂ ਸ਼ੁਰੂ ਕਰਿਆ ਸੀ ਕੰਮ, ਕਿਹੜੀ ਸੀ ਤੁਹਾਡੀ ਪਹਿਲੀ ਫਿਲਮ ਜਾਂ ਕੋਈ ਮੂਵੀ? ਕੀ ਪੁੱਠਾ ਪੰਗਾ ਲੈ ਲਿਆ? ਪੁੱਠਾ ਪੰਗਾ ਲੈ ਲਿਆ, ਕੋਈ ਸ਼ਾਰਟ ਵੀਡੀਓ ਸੀ? ਹਾਂ, ਬਹੁਤ ਸੁਪਰ ਡੁਪਰ ਹਿੱਟ ਰਹੀ ਸੀ ਪਹਿਲੀ ਦੀ। ਠੀਕ ਹੈ, ਇਹ ਉਦੋਂ ਟੀਵੀਆਂ ਦਾ ਯੁੱਗ ਹੋਊਗਾ। ਹਾਂ ਠੀਕ ਹੈ, ਪਰ ਵਿੱਚ ਦੀ ਮੇਰਾ ਗੈਪ ਬਹੁਤ ਪੈ ਗਿਆ ਸੀਗਾ। ਠੀਕ ਹੈ ਬਾਈ, ਕਾਫੀ ਮਤਲਬ ਸਾਲ ਗੈਪ ਰਿਹਾ। ਤੇ ਕੰਮ ਕਰਦੇ ਹੋਏ ਜਾਂ ਸ਼ੁਰੂ ਕਰਦੇ ਹੋਏ ਸਭ ਤੋਂ ਔਖਾ ਪਲ ਹੈਗਾ ਸੀ ਕੋਈ ਜ਼ਿੰਦਗੀ ਦਾ, ਵੀ ਜਦੋਂ ਐਂ ਜੀ ਲੱਗਿਆ ਵੀ ਯਾਰ ਛੱਡ ਦੇ ਯਾਰ? ਪਰ ਬੜੇ ਵਾਰੀ ਲੱਗਦਾ ਸੀ ਜਦੋਂ ਮਿਹਨਤ ਕਰਨੀ ਤੇ ਉਹਦਾ ਮੁੱਲ ਨਾ ਮਿਲਣਾ, ਬੜੇ ਵਾਰੀ ਲੱਗਦਾ ਸੀ ਵੀ ਕੀ ਫਾਇਦਾ ਮੁੱਲ ਨਾ ਮਿਲਣਾ, ਵੀ ਕੰਮ ਨਾ ਮਿਲਣਾ, ਕਿਹਦੇ ਚੀਜ਼ ਨੇ ਵਧੀਆ ਨਾ ਚੱਲਣਾ, ਜਾਂ ਕੰਮ ਨਾ ਮਿਲਣਾ, ਜੇ ਕੰਮ ਮਿਲਣਾ ਤਾਂ ਫਿਰ ਉਹਦਾ ਉਹਦੀ ਮਿਹਨਤ ਨਾ ਮਿਲਣਾ। ਠੀਕ ਹੈ, ਤੇ ਸੁਪਰ ਡੁਪਰ ਵੀ ਮੈਨੂੰ ਲੱਗਦਾ ਸ਼ਰਮ ਮਿੰਟੋ ਤਹਿਸੀਲਦਾਰ ਨੇ ਜਾਂ ਮੂਸਾ ਜੱਟ, ਉਹਨਾਂ 'ਚ ਤੁਸੀਂ ਕੰਮ ਕਰਿਆ ਹਨਾ, ਵਧੀਆ ਫਿਲਮਾਂ ਦੇ ਵਿੱਚ ਕੰਮ ਕਰਿਆ ਤੁਸੀਂ। ਚਲੋ ਇਹ ਤਾਂ ਹਨਾ ਜ਼ਿੰਦਗੀ ਹੈ, ਪਰ ਬਾਈ ਤੋਂ ਇਹ ਚੀਜ਼ਾਂ ਨਾਲ ਸਿੱਖਣ ਨੂੰ ਬਹੁਤ ਜ਼ਿਆਦਾ ਚੀਜ਼ਾਂ ਮਿਲਦੀਆਂ ਨੇ ਵੀ ਜਦੋਂ ਆਪਾਂ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਾਂ। ਕੋਈ ਵੀ ਕੰਮ ਹੈ, ਇੱਕ ਇੱਕ ਗੱਲ ਉਹ ਮਤਲਬ ਪਰਮਾਤਮਾ ਕਹਿ ਲਓ, ਕੁਦਰਤ ਕਹਿ ਲਓ, ਜੋ ਮਰਜ਼ੀ ਕਹਿ ਲਓ। ਹਾਂਜੀ ਬਾਈ, ਤੁਸੀਂ ਕੰਮ ਕਰਦੇ ਰਹੋ, ਤੁਸੀਂ ਲੱਗੇ ਰਹੋ ਇੱਕ ਕੰਮ ਨੂੰ। ਇਹ ਨਹੀਂ ਵੀ ਅੱਜ ਮੂੰਗਫਲੀ ਦੀ ਰੇਹੜੀ ਲੱਗੀ ਹੈ ਤੇ ਕੱਲ ਨੂੰ ਸੰਤਰਿਆਂ ਦੀ ਲਾ ਕੇ ਬੈਠੇ ਹੋਵੋ ਤੇ ਪਰਸੋਂ ਨੂੰ ਸਿਉਂ ਦੀ ਲਾ ਕੇ ਬੈਠੇ ਹੋਵੋ। ਮਤਲਬ ਕੋਈ ਕੋਈ ਵੀ ਕੰਮ ਹੈ ਉਹਨੂੰ ਲੱਗੇ ਰਹੋ, ਤੁਹਾਨੂੰ ਪਰਮਾਤਮਾ ਫਲ ਲਾ ਹੀ ਦਿੰਦਾ। ਕਈਆਂ ਨੂੰ ਪਹਿਲਾਂ ਮਿਲ ਜਾਂਦਾ ਤੇ ਕਈਆਂ ਨੂੰ ਥੋੜ੍ਹਾ ਲੇਟ ਮਿਲਦਾ, ਮਿਲਦਾ ਜ਼ਰੂਰ ਆ, ਪਰ ਤੁਸੀਂ ਆਪਦੇ ਕੰਮ ਨੂੰ ਮਿਹਨਤ ਨੂੰ ਇਮਾਨਦਾਰੀ ਨਾਲ ਕਰਦੇ ਰਹੋ। ਇੱਕ ਕੰਮ ਤੇ ਲਾਈ ਰੱਖੋ ਵੀ ਕੰਮ ਨਾ ਬਦਲੋ ਵੀ ਅੱਜ ਆਪਾਂ ਕੁਛ ਕਰ ਲਿਆ ਕੱਲ ਨੂੰ ਕੁਛ ਕਰ ਲਿਆ, ਵੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਤੜਕੇ ਮਹਿਸਾਂ ਦਾ ਵਪਾਰ ਸ਼ੁਰੂ ਕਰ ਲਈਏ। ਹੁਣ ਤੁਸੀਂ ਦੇਖਿਆ ਹੀ ਹੈ ਵੀ ਅਸੀਂ ਕੰਮ ਕਰਦੇ ਆ, ਸਾਡੀ ਸਾਰੀ ਟੀਮ, ਸਾਡਾ ਇੱਕ ਆਪਸ ਮੇ ਇੰਨਾ ਤਾਲਮੇਲ ਹੈ ਵੀ ਇੱਕ ਨੇ ਗੱਲ ਕਹਿਣੀ ਹੁੰਦੀ ਹੈ ਦੂਜਾ ਉਹਨੂੰ ਕੈਚ ਕਰ ਲੈਂਦਾ। ਹਾਂਜੀ ਹਾਂਜੀ, ਮੈਨੂੰ ਫੜ ਲੈਂਦਾ ਗੱਲ ਨੂੰ ਤੇ। ਪਰ ਹੁਣ ਇੱਕ ਗੱਲ ਜ਼ਰੂਰ ਆ ਵੀ ਬਹੁਤ ਜਲਦ ਤੇ ਬਹੁਤ ਫਿੱਟ ਹੋ ਕੇ ਮਿਲੂੰਗਾ ਹੁਣ ਮੈਂ। ਓਕੇ, ਜਿਮ ਜੁਮ ਦੀ ਤਿਆਰੀ ਚੱਲ ਰਹੀ ਆ? ਜਿਮ ਜੁਮ ਕੀ ਤੂੰ ਵੇਹਦਾ ਜਾਈ, ਆਪਦੇ ਆਪ ਨੂੰ ਉਹ ਕਰਨਾ ਹੁਣ। ਤੇ ਸਿੱਧੂ ਬਾਈ ਵੀ ਤੁਹਾਡੀਆਂ ਗੱਲਾਂ ਨੂੰ ਹਨਾ ਬਹੁਤ ਜ਼ਿਆਦਾ ਖੁਸ਼ ਹੁੰਦਾ ਸੀ ਹਨਾ, ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਡਾਇਲੌਗ ਵੀ ਹੋਰ ਬੋਲੋ ਹੋਰ ਬੋਲੋ, ਜਿਹੜੇ ਕਾਫੀ ਫੇਮਸ ਸੀ ਹਨਾ ਬਹੁਤ ਜ਼ਿਆਦਾ। ਪਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਘਾਟ ਮਹਿਸੂਸ ਹੁੰਦੀ ਅੱਜ ਹਨਾ, ਜਦੋਂ ਬੁਲੰਦੀਆਂ ਨੂੰ ਸੁਣਦੇ ਬੰਦਾ। ਬਾਈ ਛੱਤੋਂ ਪੈਰੀ ਘਾਟ ਹੁੰਦੀ ਹੈ, ਕੋਈ ਵੀ ਗੱਲ ਹੁੰਦੀ ਹੈ ਨਾ ਤਾਂ ਐ ਹੁੰਦਾ ਵੀ ਯਾਰ ਜੇ ਉਹ ਹੋਵੇ ਇਹਦਾ ਨਾਲ ਤਾਂ ਬਿਲਕੁਲ। ਤੇ ਕੁਝ ਹੁੰਦਾ ਕਿਉਂਕਿ ਇੱਕ ਇੱਕ ਬੰਦਾ ਹੁੰਦਾ ਕੋਈ ਕਿਸੇ ਨਾਲ ਸਾਡਾ ਇੰਨਾ ਲਗਾ ਹੁੰਦਾ ਵੀ ਤੁਸੀਂ ਕੋਈ ਵੀ ਗੱਲ ਕਰੀ ਤਾਂ ਸਾਨੂੰ ਇਹ ਲੱਗਦਾ ਹੁੰਦਾ ਵੀ ਉਹ ਖੜਾ ਵਾ ਫਿਰ ਇਹ ਗੱਲ ਵੱਡੀ। ਹਾਂਜੀ, ਤੇ ਗਿਣਵੇਂ ਚੁਣਵੇਂ ਬੰਦੀ ਨੇ ਜਿਹੜੇ ਬਾਈ ਦੇ ਇਨਸਾਫ਼ ਵਾਸਤੇ ਖੜਦੇ ਨੇ ਹਨਾ, ਜਾਂ ਖੜੇ ਨੇ ਜਿਵੇਂ ਬਾਈ ਹੋਰਾਂ ਵੀ, ਉਹਨਾਂ ਚੋਂ ਇੱਕ ਨੇ।